अज 8 जून अजय थप्पड़ 2022 दे वास्ते जिहड़ा हैगा वो बीजेपी जिहड़ी है घर घर जाके समाज सेवा का काम कर रही है, बेस बना रही है अपना पूरा, क्योंकि देखो ऐतकी असीं 117 सीटां ते लड़ना है। अगे सानू भाईवाल सी अकाली दल दे भाईवाली दे विच सानू कुछ सीटां बहुत घट मिलदियां सीगियां, हुण 117 सीटां दी तैयारी की जा रही है और 100% 2022 ਦੇ ਵਿੱਚ ਬੀਜੇਪੀ ਪੰਜਾਬ ਦੇ ਸਰਕਾਰ ਬਣਾਏਗੀ। ਤੁਸੀਂ ਵੀ ਦਾਅਵੇਦਾਰ ਰੱਖੀਏ ਪ੍ਰੈਨੋ ਚੋਦੋ ਕਿ ਕਿਸ ਆਧਾਰ ਰੱਖੀਏ ਕਿ ਇਹਨੂੰ ਦੇਖੋ ਇਦਾਂ ਗੱਲ ਹੈ ਕਿ ਮੈਂ 1992 ਦੇ ਵਿੱਚ ਸਿਆਸਤ ਜੁਆਇਨ ਕੀਤੀ ਸੀ। 1992 ਤੋਂ ਬਾਅਦ ਟਿਲ ਹੁਣ ਤੱਕ ਮੇਰਾ 30 ਸਾਲ ਦਾ ਤਜਰਬਾ ਹੈ ਸਿਆਸਤ ਦਾ ਔਰ ਮੈਂ ਅਲੱਗ-ਅਲੱਗ ਸਰਕਾਰੀ ਕਮੇਟੀਆਂ ਦਾ ਮੈਂਬਰ ਰਹਿ ਲਿਆ, ਡਾਇਰੈਕਟਰ ਇੰਡਸਟਰੀ ਪੰਜਾਬ ਵੀ ਰਹਿ ਲਿਆ ਔਰ ਮੈਂ ਬਹੁਤ ਵੱਡੇ-ਵੱਡੇ ਅਹੁਦਿਆਂ ਤੇ ਵੀ ਰਿਹਾ ਔਰ ਅਕਾਲੀ ਦਲ ਬੀਜੇਪੀ ਕੰਬੀਨੇਸ਼ਨ ਦੇ ਵਿੱਚ 8 ਸਾਲ ਦੇ ਵਿੱਚ ਮੈਨੂੰ ਬਹੁਤ ਅੱਛੇ ਤਰੀਕੇ ਦੇ ਨਾਲ ਕਈ ਕਈ ਪੋਸਟਾਂ ਦੇ ਉੱਪਰ ਲਾਇਆ ਗਿਆ ਔਰ ਸਾਰਾ ਤਜਰਬਾ ਜਿਹੜਾ ਹੈ ਉਹ ਮੈਂ ਹੁਣ ਇਸ ਪਾਰਟੀ ਵਾਸਤੇ ਲੋਕਾਂ ਵਾਸਤੇ ਜਿਹੜਾ ਹੈਗਾ ਯੂਜ਼ ਕਰ ਰਿਹਾ ਔਰ ਜਿਹੜੀ ਸਾਡੀ ਮੇਰੀ ਹੈਗੀ ਹੈ, ਮੇਰੇ ਮਾਤਾ ਪਿਤਾ ਦੋਨੋਂ ਇੱਥੇ ਸਰਕਾਰੀ ਅਫਸਰ ਸੀ ਔਰ ਮੈਂ ਵੀ ਇਲੈਕਟ੍ਰੀਕਲ ਇੰਜੀਨੀਅਰਿੰਗ ਕੀਤੀ ਹੋਈ ਹੈ, ਪੜ੍ਹਿਆ ਲਿਖਿਆ ਬੰਦਾ ਮੈਂ ਔਰ ਮੇਰਾ ਜਿਹੜਾ ਇਸ ਪਟਿਆਲਾ 2 ਏਰੀਏ ਵਿੱਚ ਲੋਕਾਂ ਨਾਲ ਪਰਸਨਲ ਰਾਬਤਾ ਔਰ ਪਰਸਨਲ ਮੇਰੀਆਂ ਰਿਸ਼ਤੇਦਾਰੀਆਂ ਨੇ, ਦੋਸਤੀ ਜਾਰੀ ਹੈ ਔਰ ਉਹ ਸਾਰੀ ਮੈਨੂੰ ਜਿਹੜੀ ਹੈ ਇਸ ਟਾਈਮ ਉਹ ਸਪੋਰਟ ਕਰਨ ਨੂੰ ਤਿਆਰ ਹੈ ਔਰ ਸਾਰੇ ਮੈਨੂੰ ਕਹਿ ਰਹੇ ਨੇ ਕਿ ਮੈਂ ਜਿਹੜਾ ਹੈਗਾ ਇਸ ਇਲੈਕਸ਼ਨ ਦੇ ਵਿੱਚ ਐਜ਼ ਏ ਸੇਵਾਦਾਰ ਦੇ ਤੌਰ ਤੇ ਉਹਨਾਂ ਦਾ ਰਿਪਰੈਜ਼ੈਂਟ ਕਰਾਂਗਾ। ਉਹ ਦੇਖੋ ਪਤਾ ਕੀ ਗੱਲ, ਤੁਸੀਂ ਕਿਸਾਨਾਂ ਦੇ ਮੁੱਦੇ ਦੀ ਗੱਲ ਕਰ ਰਹੇ ਹੋ, ਬਾਕੀ ਤਾਂ ਲੋਕ ਸਾਰੇ ਦੇਖੋ ਸਾਡੇ ਨਾਲ ਹੀ ਨੇ, ਕਿਸਾਨਾਂ ਦੀ ਹੈਗੀ ਹੈ ਡਿਫਰੈਂਸ ਚੱਲ ਰਿਹਾ। ਕਿਸਾਨਾਂ ਦੀ ਜਿਹੜੀ ਗੱਲ ਹੈ, ਕਿਸਾਨ ਜਿਹੜੇ ਨੇ ਜੈਨੂਨ ਕਿਸਾਨ ਨੇ ਜਾਂ ਜਿਹਨਾਂ ਦੀ ਜੈਨੂਨ ਡਿਮਾਂਡਸ ਨੇ ਉਹ ਬੀਜੇਪੀ ਹਮੇਸ਼ਾ ਮੰਨਣ ਤੋਂ ਤਿਆਰ ਰਹੀ ਹੈ ਔਰ ਹੁਣ ਵੀ ਮੰਨਣ ਵਾਸਤੇ ਪੂਰੀ ਤਿਆਰੀ ਹੋਈ। ਮੁੱਦਾ ਕੁਛ ਨਹੀਂ, ਉਹਨਾਂ ਨੇ 3 ਕਾਨੂੰਨਾਂ ਦੀ ਮੇਨ ਗੱਲ ਕੀਤੀ ਨਾ, ਹਾਂ ਕਾਨੂੰਨ ਜਿਹੜੇ ਕਾਨੂੰਨ ਜਿਹੜੇ ਸਰਕਾਰਾਂ ਜਦੋਂ ਕਦੇ ਬਣਾ ਦਿੰਦੀਆਂ ਨੇ ਜੀ, ਜਨਰਲੀ ਕਿਸਾਨ ਜਦੋਂ ਕਾਨੂੰਨ ਉਦੋਂ ਜਿਹੜੇ ਕਾਨੂੰਨ ਬਣਾ ਜਾਂਦੀ ਸਰਕਾਰਾਂ ਉਹਨਾਂ ਨੂੰ ਵਾਪਸ ਲੈਣਾ ਸਰਕਾਰ ਵਾਸਤੇ ਬੜਾ ਔਖਾ ਹੁੰਦਾ ਹੈ। ਉਹਦੇ 'ਚ ਅਮੈਂਡਮੈਂਟਸ ਹੋ ਸਕਦੀਆਂ, ਉਹਨਾਂ 'ਚ ਇਹਨਾਂ ਦੇ ਭਲੇ ਦੀਆਂ ਕੁਛ ਹੋਰ ਗੱਲਾਂ ਕੀਤੀਆਂ ਜਾ ਸਕਦੀਆਂ, ਪਰ ਮੇਰਾ ਖਿਆਲ ਹੈ ਵੀ ਉਹ ਕਾਨੂੰਨ ਜਿਹੜੇ ਵਾਪਸ ਲੈਣ ਪਿੱਛੇ ਲੜਿਆ ਹੋਇਆ ਉਹ ਬੀਜੇਪੀ ਬਹੁਤ ਜਲਦ ਸੋਲਵ ਕਰ ਲਏਗੀ। ਕਿਸਾਨਾਂ ਪਿੱਛੇ ਗਏ ਸੀਗੇ ਬਿਆਨ ਸੀ ਵੀ ਜਿਹੜੇ ਕਿਸਾਨ ਕਿਸਾਨ ਨਹੀਂ ਆ ਜਾਂ ਆਤੰਕਵਾਦੀ ਹੈ ਜਾਂ ਕੋਈ ਹੋਰ ਆ, ਮਤਲਬ ਬਾਲੀ ਹੈ ਪ੍ਰਦੇਸ਼ ਜਾਂ ਕਾਂਗਰਸ ਜਾਂ ਹੋਰ ਪਾਰਟੀ ਦੇ ਬੰਦੇ ਆ। ਹਾਂ ਬਿਲਕੁਲ, ਤੁਹਾਡੇ ਨਾਲ ਗੱਲ ਹੋਣੀ ਹੈ ਕਿ ਤੁਸੀਂ ਕਹਿੰਦੇ ਵੀ ਜਿਹੜੇ ਮੋਰਚੇ ਦੇ ਵਿੱਚ ਬੰਦੇ ਸ਼ਾਮਿਲ ਹੋਏ ਨੇ ਕਿਸਾਨ ਜਿਹੜੇ ਨੇ, ਉਹ ਤਾਂ ਜੈਨੂਨ ਬੰਦੇ ਹੈ ਹੀ ਨੇ ਜਿਹੜੇ ਜੈਨੂਨ ਨੇ, ਪਰ ਇਹ ਜਦੋਂ ਉੱਥੇ ਦਿੱਲੀ ਚਲਾ ਗਿਆ ਨਾ ਮਸਲਾ, ਪੰਜਾਬ ਤੋਂ ਬਾਅਦ ਦਿੱਲੀ ਚਲਾ ਗਿਆ, ਪੰਜਾਬ ਦੇ ਵਿੱਚ ਇਹਨਾਂ ਦੀ MSP ਦੀ ਡਿਮਾਂਡ ਸੀਗੀ, ਉਸ ਤੋਂ ਬਾਅਦ ਇਹ ਦਿੱਲੀ ਚਲਾ ਗਿਆ ਮਸਲਾ। ਦਿੱਲੀ ਦੇ ਵਿੱਚ ਜਾ ਕੇ ਕੁਛ ਇਹੋ ਜਿਹੀਆਂ ਸ਼ਕਤੀਆਂ ਵੀ ਇਹਨਾਂ ਦੇ ਵਿੱਚ ਰਲ ਗਈਆਂ ਨੇ ਜਿਹੜੀਆਂ ਇਹਨਾਂ ਨੂੰ ਪ੍ਰੈਸ਼ਰਾਈਜ਼ ਕਰ ਦਿੰਦੀਆਂ, ਇਹਨਾਂ ਨੂੰ ਮਿਸਗਾਈਡ ਕਰ ਦਿੰਦੀਆਂ ਔਰ BJP ਜਿਹੜੀ ਆ ਕੋਸ਼ਿਸ਼ ਕਰ ਰਹੀ ਹੈ ਕਿ ਜਿਹੜੇ ਜੈਨੂਨ ਕਿਸਾਨ ਨੇ ਸਾਰੇ ਇਹ, ਉਹਨਾਂ ਦੇ ਨਾਲ ਇੱਕ ਵਾਰੀ ਸਮਝੌਤਾ ਇਹਨਾਂ ਦਾ ਹੋਏਗਾ, ਬਹੁਤ ਜਲਦੀ ਉਹਨਾਂ ਨੂੰ ਰਿਜ਼ਲਟ ਆਪਣ ਮਿਲੇਗਾ। ਬਿਲਕੁਲ ਨਹੀਂ, ਪਿਛਲੇ ਸਾਲ ਵੀ ਕੀਤਾ ਗਿਆ ਸੀ ਜਦੋਂ ਇਹ ਕਰੋਨਾ ਦੀ ਮਾਰ ਪਈ ਸੀ ਲੋਕਾਂ ਨੂੰ, ਹੁਣ ਵੀ ਜਿਹੜਾ ਹੈਗਾ ਸੇਮ ਉਸੇ ਪੈਟਰਨ ਦੇ ਉੱਪਰ ਚੱਲ ਰਿਹਾ, ਰਾਸ਼ਨ ਫਰੀ ਚੱਲ ਰਿਹਾ ਜਾਂ ਜਿਹੜੀਆਂ ਦਵਾਈਆਂ ਵੈਕਸੀਨੇਸ਼ਨ ਫਰੀ ਵੀ ਚੱਲ ਰਹੀਆਂ ਉਹ ਇੱਕੋ ਕੜੀ ਪਰ ਚੱਲ ਰਹੀਆਂ, ਕੋਈ ਇਲੈਕਸ਼ਨ ਨਾਲ ਇਸ ਗੱਲ ਦਾ ਕੋਈ ਕੰਸਰਨ ਨਹੀਂ, ਕਿਉਂਕਿ ਇਸ ਟਾਈਮ ਜਿਹੜੀ ਹੈ ਲੋਕਾਂ ਦੀ ਜ਼ਿੰਦਗੀ ਜ਼ਿਆਦਾ ਇੰਪੋਰਟੈਂਟ ਹੈ, ਇਲੈਕਸ਼ਨ ਕੋਈ ਇੰਪੋਰਟੈਂਟ ਨਹੀਂ ਹੈ। ਦੇਖੋ ਜੀ ਪਤਾ ਕੀ ਹੈ, ਉਹ ਕੁਦਰਤੀ ਮੌਤਾਂ ਵੀ ਤਾਂ ਹੁੰਦੀਆਂ ਨੇ, ਇਕੱਲੀ ਕੋਈ ਇਸੇ ਕਰਕੇ ਨਹੀਂ ਹੋ ਰਹੀ ਕਿ ਉੱਥੇ ਜਲੇ ਗਏ ਤਾਂ ਹੋ ਗਏ, ਨੈਚੁਰਲ ਮੌਤਾਂ ਤਾਂ ਹੋਰ ਵੀ ਹੁੰਦੀਆਂ ਨੇ, ਪਰ ਉਹ ਕੰਸਰਨ ਹੈਗਾ ਹੀ ਆ ਸਾਡੇ ਲੋਕਾਂ ਨੂੰ, ਤਾਂ ਬੜਾ ਕੰਸਰਨ ਹੈ ਪੰਜਾਬ ਦੇ ਲੋਕਾਂ ਨੂੰ। ਸੀ ਮੋਦੀ ਸਾਹਿਬ ਦੇ ਦੇਖੋ ਕਿਵੇਂ ਬਿਆਨ ਦੇਣਾ, ਉਹ ਤਾਂ ਉਹਨਾਂ ਦੀ ਮਰਜ਼ੀ ਹੈ, ਪਰ ਮੇਰੇ ਹਿਸਾਬ ਦੇ ਨਾਲ ਜਿਹੜੇ ਕਿਸਾਨ ਮਰੇ ਨੇ ਉਹਨਾਂ ਦਾ ਸਾਨੂੰ ਤਾਂ ਬਹੁਤ ਦੁੱਖ ਹੈ, ਬਹੁਤ ਜ਼ਿਆਦਾ। ਨਹੀਂ ਉਹਨਾਂ ਨੂੰ ਵੀ ਹੋਏਗਾ, ਉਹਨਾਂ ਨੂੰ ਵੀ ਹੋਏਗਾ, ਉਹਨਾਂ ਨੇ ਆਪਣੇ ਲੈਵਲ 'ਤੇ ਗੱਲ ਕਦੇ ਕੀਤੀ ਹੋਊਗੀ, ਆਪਣੇ ਮਨ ਦੀ ਫੀਲਿੰਗ ਹੁੰਦੀ ਹੈ ਨਾ। ਚਲੋ ਗੱਲ ਪਤਾ ਕੀ ਹੈ ਜੀ, ਉਹ ਤਾਂ ਮੋਦੀ ਸਾਹਿਬ ਵੀ ਦੱਸ ਸਕਦੇ ਨੇ ਕਿ ਉਹ ਬਿਆਨ ਉਹਨਾਂ ਨੇ ਦਿੱਤਾ ਜਾਂ ਨਹੀਂ ਦਿੱਤਾ, ਪਰ ਗੱਲ ਇਹ ਹੈ ਵੀ ਲੋਕਾਂ ਦੇ ਵਿੱਚ ਜਨਰਲੀ ਹੈਗਾ ਕਿ ਕਿਸਾਨ ਜਿਹੜੇ ਦੇਖ ਇਸ ਟਾਈਮ ਦੁੱਖ ਤਕਲੀਫ 'ਚ ਹੈਗੇ ਨੇ, ਇਹਨਾਂ ਨੂੰ ਬਹੁਤ ਜਲਦੀ ਸਮਝੌਤਾ ਕਰਕੇ ਗੱਲ ਨਿਬੇੜ ਲੈਣੀ ਚਾਹੀਦੀ ਹੈ। ਨਹੀਂ ਨਹੀਂ ਬਿਲਕੁਲ ਗਲਤ ਫਹਿਮੀ ਹੈ ਇਹਨਾਂ ਦੀ, ਪਰ BJP ਇੱਕ ਰਾਸ਼ਟਰੀ ਪਾਰਟੀ ਹੈ, 14 ਕਰੋੜ ਬੰਦਾ ਸਾਡਾ ਮੈਂਬਰ ਹੈ, ਇਹ ਵੱਡੀ ਐਡੀ ਵੱਡੀ ਪਾਰਟੀ ਹੈ।
आम लोगों ने 14 करोड़ मेंबर ने आम पब्लिक ने किया उछाल नहीं नहीं जो जो बीजेपी ने किया किसी ने होर ने किया नहीं। कांग्रेस तो सारी करप्ट पार्टी है। कांग्रेस ने सवाए करप्शन तो कुछ नहीं किया। असी वैक्सीनेशन इन्होंने फ्री दिती वो भी इन्होंने बेचते खा ली। कोई इन्हों का इतिहास कट के देख लो कांग्रेस का शुरू तो लैके 1947 तो जो भारत आज़ाद होया इन्नी बारी 70 साल इन्होंने राज किया और पंजाब इंडिया के लोगों ने इन्होंने की सवारिया इन्होंने कुछ भी नहीं सवारिया। मोदी साहब ने सब कुछ किया। मोदी साहब ने देखो जिहड़ियां फ्रॉडी जिहड़ियां एजेंसियां खोलियां सी इन्होंने अपने नाँ के उपर इन्होंने अपने नाँ के उपर जिहड़ियां बिल्डिंगां कराईयां सी थावां कराईयां सी सारियां खाली कराईयां ने और जिहड़ियां फ्रॉड एजेंसियां ने खोलियां सी जिहड़ी पैसों का लेन देन करदियां सी वह भी सारियां मोदी साहब ने बंद कीतियां। किसी बंदे की अज तक जरूरत नहीं हुई करन दी। फिर उस तो अलावा उन्होंने जिहड़े कानून बनाए 3 तलाक कानून बनाए 370 दे हटाई वह आम गल्लां नहीं हैगियां। कांग्रेस ने कदे ना करनियां सी ते ना होणियां सी इह मोदी साहब करके होईयां। और मोदी साहब ने इस फैसला जो लिया ये 2022 की इलेक्शन एक पॉजिटिव रिजल्ट देकर जाएगा। 2022 मुकाबला तो देखो जो नैशनल पार्टियां ही होंगे जनरली नैशनल पार्टी कांग्रेस पार्टी है ठीक है कि नहीं। एक डोमैसटिक पार्टी है अकाली दल जो साढ़े भाईवाल से पर हूँ इस टाइम जो पोजिशन हैगी है बीजेपी इस टाइम नंबर एक के उपर हैगी है। कोई पार्टी नाल कोई इन्हों का हूँ मुकाबला नहीं है। बीजेपी ने ही इस 2022 इलेक्शन जितने नहीं नहीं इस करके नहीं छड़िया गया। गल यह है कि बीजेपी तो अकाली दल शुरू तो जो कट्ठे से मैं उदों ही शामिल होया मैनू मैं मोदी साहब का शुरू तो बड़ा वाला फैन रहा उन्होंने वर्किंग के उपर भी मिलूंगा। कांग्रेस मैं छड़ी सी और कांग्रेस इस करके छड़ी सी कांग्रेस से असी 2 MC दी टिकटा मैं मंगदा सी अपने बंदे दीआं वह मैनू पोलीटिकल तौर पर नहीं मिली नहीं मिली इस करके आपां नूं छड्डिया सी उहदे वास्ते अपने गल मनाण वास्ते उहदे वास्ते पार्टी छोड़ इस करके कि भी पार्टी ने हाँ करके नहीं सी दित्ती। जे तां पार्टी कहिंदी नहीं असीं दे नहीं सकदे फिर तां छड्ड दिंदे आपां पर पार्टी ने क्योंकि हाँ नहीं की उस टाइम दो हाँ करके दिखाई नहीं सानू। देखो जो बंदा काम करता रिप्रेजेंटेशन भी तो मंगता ना अपने एरिए की MC की टिकट की कोई एड्डी बड़ी गल नहीं होंगी। जे आप बंदे काम कर रहे थे साढ़े और 2 टिकटा असी मंगिया से तो जायज़ गल सी क्योंकि मेरा 20 साल का 22 साल का उन्होंने नाल तजर्बा से और मैं उन्होंने वास्ते भी 22 साल काम भी किया कांग्रेस पार्टी वास्ते। बिल्कुल मेरे ख्याल लोगों का रिस्पोंस बहुत वधिया। मैं अभी गल चलाई है क्योंकि जो पार्टी टिकट देगी आप ही लड़नी है इलेक्शन पर मैं जो गल चलाई है तो लोगों का रिस्पोंस मैं बहुत वधिया है और मैं काफ़ी लोग जड़े ने कल तो मैं फोन भी आ रहे हैं और कल तो मेरी जी है वो लाइकिंग भी आ रही है कि तुम कम करो इतने एज ए सेवादार असी तुहाडी फुल सपोर्ट करांगे। प्रचार वो तो जिम्मे आप रूटीन प्रचार करते सारा उदा ही हो रहा हूँ व्हाट्सएप चले है फेसबुक चले हुए हैं उही प्रचार के साधन ने उस करके थोड़ा जहाँ मीटिंग्स नहीं ना हो रही मीटिंग्स घट हो रही पर व्हाट्सएप और फेसबुक का प्रचार तो प्रॉपर चल रहा है। अजकल सोशल मीडिया का जमाना है। देखो ताड़े TV के उत्ते आए हैं किन्ने लोगों ने ताड़े दर्शकों ने सानू देखना है तो साड़ी प्रचार ही है ना जी प्रचार का एक हिस्सा है सारा। अजय जब तक जब नहीं निकलेगी हिम्मत तो बिल्कुल हैगी है क्योंकि देखो हफ्ता पहला ही इन्होंने पिंडों के सानू समाज सेवा के काम से लाया से सैनिटाइजेशन असी वंडे से मास्क वंडे सके असी कोरोना दी दवाइया वंडिया से असी काढ़ा वंडिया से असी पिंडा पिंडा च गए हैं कारण एक अद्धी थां ते विरोध होया बाकी लोगों ने कहा ठीक है जो समाज सेवा का काम कर रहे तो सानू कोई